ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ 'ਚ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਨਵੀਂ ਬਣੀ ਐਸ ਆਈ ਟੀ ਨੇ ਮਜੀਠੀਆ ਨੂੰ ਸੱਦਾ ਭੇਜ ਦਿੱਤਾ ਹੈ। 16 ਜਨਵਰੀ ਨੂੰ DIG ਦਫ਼ਤਰ ਪਟਿਆਲਾ ਵਿਖੇ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਪੇਸ਼ ਹੋਣਾ ਪਏਗਾ। ਤੁਹਾਨੂੰ ਦੱਸ ਦਈਏ ਕਿ 2 ਸਾਲ ਪਹਿਲਾਂ ਮੋਹਾਲੀ ਦੇ ਵਿੱਚ NDPS ਦੇ ਤਹਿਤ ਇੱਕ ਕੇਸ ਦਰਜ ਹੁੰਦਾ, ਮਜੀਠੀਆ ਹੋਰਾਂ ਦਾ ਨਾਮ ਉਸ ਕੇਸ ਦੇ ਵਿੱਚ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਪਿਛਲੇ ਸਾਲ ਨਵੰਬਰ ਅਤੇ ਦਸੰਬਰ ਮਹੀਨੇ 'ਚ ਵਾਰ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ। ਉਦੋਂ ADGP ਮੁਖਵਿੰਦਰ ਸਿੰਘ ਛੀਨਾ ਉਸ SIT ਦੀ ਅਗਵਾਈ ਕਰ ਰਹੇ ਹੁੰਦੇ ਨੇ ਜਿਹੜੀ ਬਿਕਰਮ ਸਿੰਘ ਮਜੀਠੀਆ ਨੂੰ ਵਾਰ ਵਾਰ ਸੰਮਣ ਭੇਜ ਕੇ ਪਟਿਆਲਾ SIT ਦੇ ਦਫ਼ਤਰ ਦੇ ਵਿੱਚ ਸੱਦਦੀ ਰਹਿੰਦੀ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਮਜੀਠੀਆ ਪਹਿਲਾਂ 18 ਦਸੰਬਰ ਨੂੰ ਪੇਸ਼ ਹੁੰਦੇ ਹੈ, ਉਸ ਤੋਂ ਬਾਅਦ ਦੇ ਵਿੱਚ 30 ਦਸੰਬਰ ਨੂੰ ਮੁੜ ਤੋਂ ਪੇਸ਼ ਹੁੰਦੇ ਆ। ਉਸ ਤੋਂ ਪਹਿਲਾਂ ਸ਼ਹੀਦੀ ਦਿਨ ਚੱਲਦੇ ਹੁੰਦੇ ਆ, ਉਹਦੇ ਚੱਲਦੇ 27 ਨੂੰ ਜਿਹੜਾ ਸੰਮਣ ਆਇਆ ਸੀ ਉਸ 'ਤੇ ਮਜੀਠੀਆ ਪੇਸ਼ ਨਹੀਂ ਹੋਏ ਸੀ। ਇਸ ਬਾਬਤ ਤੋਂ 18 ਨੂੰ ਜਦੋਂ ਜੱਜ ਦੇ ਵਿੱਚ ਸ਼ਾਮਿਲ ਹੋਏ ਸੀ ਉਸ ਤੋਂ ਬਾਅਦ ਦੇ ਵਿੱਚ ਬਾਹਰ ਨਿਕਲੇ ਸੀ, ਉਹਨਾਂ ਆਖਿਆ ਸੀ ਕਿ ਮੈਂ ਬੇਨਤੀ ਕਰਕੇ ਆਇਆ ਕਿ ਦੁਬਾਰਾ ਸੰਮਣ ਭੇਜਣਾ ਤਾਂ ਸ਼ਹੀਦੀ ਦਿਨਾਂ ਦੇ ਦਰਮਿਆਨ ਮੈਨੂੰ ਸੰਮਣ ਨਾ ਭੇਜਿਆ ਜਾਏ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ 27 ਵਾਲਾ ਸੰਮਣ ਸਕਿੱਪ ਕਰਦੇ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚ 30 ਦਸੰਬਰ ਨੂੰ ਦੁਬਾਰਾ ਮੁੜ ਤੋਂ ਪੇਸ਼ ਹੁੰਦੇ ਆ ਅਤੇ ਪੇਸ਼ ਹੋਣ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਜਿਹੜੇ ਮੁਖਵਿੰਦਰ ਸਿੰਘ ਛੀਨਾ ਹੁੰਦੇ ਨੇ ਉਹਨਾਂ ਦੀ ਸੇਵਾ ਮੁਕਤੀ ਦਾ ਦਿਨ ਹੁੰਦਾ, ਉਹ ਸੇਵਾ ਮੁਕਤ ਹੋ ਜਾਂਦੇ ਆ ਅਤੇ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇਹ ਆਖਿਆ ਜਾਂਦਾ ਕਿ SIT ਦੇ ਮੁਖੀ ਬਦਲੇ ਜਾਣਗੇ, ਪਰ ਪੂਰੀ ਦੀ ਪੂਰੀ SIT ਨੂੰ ਭੰਗ ਕਰ ਦਿੱਤਾ ਜਾਂਦਾ, ਨਵੀਂ SIT ਦਾ ਗਠਨ ਕਰ ਦਿੱਤਾ ਜਾਂਦਾ। ਅਤੇ ਨਾਲ ਦੀ ਨਾਲ ਦੱਸ ਦਈਏ ਹਰਚਰਨ ਸਿੰਘ ਭੁੱਲਰ ਉਹ ਹੁਣ ਜਿਹੜੀ ਨਵੀਂ SIT ਬਣੀ ਹੈ ਇਹਦੀ ਅਗਵਾਈ ਕਰ ਰਹੇ ਹੈ ਅਤੇ 16 ਤਰੀਕ ਨੂੰ ਮੁੜ ਤੋਂ ਪੇਸ਼ ਹੋਣਾ ਪਏਗਾ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ। 2-3 ਵਾਰ ਪਹਿਲਾਂ ਪੇਸ਼ ਹੋ ਚੁੱਕੇ ਹੈ ਅਤੇ ਆਖ ਰਹੇ ਆ ਲਗਾਤਾਰ ਹੀ ਕਿ ਬਦਲਾਖੋਰੀ ਦੀ ਭਾਵਨਾ ਦੇ ਤਹਿਤ ਮਾਮਲੇ ਦਰਜ ਕੀਤੇ ਜਾਂਦੇ ਨੇ ਅਤੇ ਹੁਣ DIG ਦਫ਼ਤਰ ਜਦੋਂ ਦੁਬਾਰਾ ਪੇਸ਼ ਹੋਣਾ 16 ਤਰੀਕ ਨੂੰ ਭਾਵ ਕੇ 16 ਜਨਵਰੀ ਨੂੰ, ਉਦੋਂ ਵੇਖਣਾ ਹੋਏਗਾ ਕਿ ਮਜੀਠੀਆ ਸਾਹਿਬ ਦੇ ਮੂੰਹੋਂ ਕਿਸ ਤਰੀਕੇ ਦੇ ਬੋਲ ਨਿਕਲਦੇ ਆ। ਸਮੁੱਚੀ ਸ਼੍ਰੋਮਣੀ ਅਕਾਲੀ ਦਲ ਇਸ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਕਟਾਕਸ਼ ਕਰਦੀ ਰਹਿੰਦੀ ਹੈ, ਪੁਲਿਸ ਅਧਿਕਾਰੀਆਂ ਦੇ ਉੱਤੇ ਸਵਾਲ ਚੁੱਕਦੀ ਰਹਿੰਦੀ ਹੈ, SIT ਦੇ ਉੱਤੇ ਸਵਾਲ ਚੁੱਕਦੀ ਰਹਿੰਦੀ ਹੈ ਅਤੇ ਨਾਲ ਦੀ ਨਾਲ ਉਸ ਤੋਂ ਬਾਅਦ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਕੀਤੇ ਪਰ ਉਹ ਵੀ ਕਿਸੇ ਕੰਮ ਨਹੀਂ ਆਏ। ਮਜੀਠੀਆ ਨੂੰ ਆਖਿਰਕਾਰ ਸਾਹਮਣੇ ਪੇਸ਼ ਹੋਣਾ ਪਿਆ ਉਸ SIT ਦੇ ਜਿਹੜੀ ਇਸ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਬਦਲਾਖੋਰੀ ਦੀ ਭਾਵਨਾ ਅਕਾਲੀ ਦਲ ਦੱਸਦਾ ਹੈ ਅਤੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਧਿਰਿਆ ਮੌਜੂਦਾ ਉਹ ਆਖਦੀ ਹੈ ਕਿ ਜੇ ਐਸੇ ਕਰਮ ਕੀਤੇ ਨੇ ਤਾਂ ਸਜ਼ਾ ਭੁਗਤਣੀ ਪਏਗੀ, ਜੇਕਰ ਤੁਹਾਨੂੰ ਕੋਈ ਡਰ ਨਹੀਂ ਹੈ ਤਾਂ SIT ਦੇ ਸਾਹਮਣੇ ਪੇਸ਼ ਹੋ ਕੇ ਸਭ ਕੁਝ ਸਾਫ਼ ਸਾਫ਼ ਆਖ ਦਿਓ। ਅਤੇ ਇਸੇ ਸਾਰੀ ਟਸਲ ਦੇ ਵਿਚਕਾਰ ਹੀ 2-3 ਵਾਰ ਪਹਿਲਾਂ ਪੇਸ਼ ਹੋ ਚੁੱਕੇ ਹੈ ਅਤੇ ਹੁਣ ਹਰਚਰਨ ਸਿੰਘ ਭੁੱਲਰ ਹੋਰਾਂ ਦੀ ਜਿਹੜੀ ਨਵੇਂ DIG ਹਰਚਰਨ ਸਿੰਘ ਭੁੱਲਰ ਉਹਨਾਂ ਦੀ ਅਗਵਾਈ ਦੇ ਵਿੱਚ ਨਵੀਂ SIT ਦਾ ਗਠਨ ਹੋਇਆ ਜਿਹਦੇ ਵਿੱਚ ਵੱਡੇ ਅਧਿਕਾਰੀ ਸ਼ਾਮਿਲ ਨੇ। ਲਗਭਗ ਸਾਰੇ ਅਧਿਕਾਰੀਆਂ ਨੂੰ ਸ਼ਫਲ ਕਰ ਦਿੱਤਾ ਗਿਆ ਜਿਹੜੇ ਪਿਛਲੀ SIT ਦੇ ਵਿੱਚ ਸ਼ਾਮਿਲ ਹੁੰਦੇ ਸੀ। ਹਾਲਾਂਕਿ ਕਿਆਸ ਇਹ ਲਗਾਏ ਜਾ ਰਹੇ ਸੀ ਕਿ SIT ਦੇ ਸਿਰਫ ਮੁਖੀ ਬਦਲੇ ਜਾਣਗੇ, ਛੀਨਾ ਸਾਹਿਬ ਦੀ ਜਗ੍ਹਾ ਦੇ ਉੱਤੇ ਭੁੱਲਰ ਸਾਹਿਬ ਆ ਜਾਣਗੇ, ਪਰ ਬਾਅਦ ਦੇ ਵਿੱਚ ਸਭ ਕੁਝ ਨਿਕਲ ਕੇ ਸਾਹਮਣੇ ਆਇਆ ਕਿ ਪੁਰਾਣੀ SIT ਨੂੰ ਭੰਗ ਕਰ ਦਿੱਤਾ ਗਿਆ ਅਤੇ ਨਵੀਂ SIT ਦਾ ਗਠਨ ਹੋਇਆ। ਉਦੋਂ ਤੋਂ ਕਿਆਸ ਰਹੀਆਂ ਚੱਲ ਪਈਆਂ ਸੀ ਕਿ ਜਲਦੀ ਤੋਂ ਜਲਦੀ ਮਜੀਠੀਆ ਸਾਹਿਬ ਨੂੰ ਬੁਲਾਇਆ ਜਾਏਗਾ ਅਤੇ ਚੜ੍ਹਦੇ ਸਾਲ ਹੀ 16 ਜਨਵਰੀ ਦਾ ਜਿਹੜਾ ਸੱਦਾ ਆ ਚੁੱਕਿਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਕੋਲ। ਹਾਲਾਂਕਿ ਉੱਧਰੋਂ ਕੋਈ ਪ੍ਰਤੀਕਿਰਿਆ ਉਸ ਪੱਧਰ ਦੀ ਅਜੇ ਆਈ ਨਹੀਂ ਹੈ, ਪਰ 16 ਜਨਵਰੀ ਨੂੰ ਮਜੀਠੀਆ ਨੂੰ ਪੇਸ਼ ਹੋਣਾ ਪਏਗਾ ਅਤੇ ਵੇਖਣਾ ਬਣਦਾ ਹੈ ਕਿ ਇਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਦਾ ਰੁੱਖ ਅਖਤਿਆਰ ਕਰਦਾ ਹੈ ਅਤੇ ਕੀ ਮਜੀਠੀਆ ਉੱਥੇ ਪੇਸ਼ ਹੁੰਦੇ ਨੇ ਜਾਂ ਫਿਰ ਕੋਈ ਨਾ ਕੋਈ ਬਹਾਨਾ ਲਾ ਕੇ ਇਹਨਾਂ ਸੰਮਣਾਂ ਨੂੰ ਵੀ ਸਕਿੱਪ ਕਰ ਦਿੰਦੇ ਹੈ।